ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਖਬਰ 'ਤੇ ਨਜ਼ਰ, ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਡਾਕਟਰ ਸਾਹਿਬ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਉਹਨਾਂ ਤੋਂ ਖਬਰਾਂ ਦਾ ਜਿਹੜੀਆਂ ਹੈ ਖਬਰ ਦੇ ਪਿੱਛੇ ਕੀ ਨਜ਼ਰ ਹੈ ਉਹਨਾਂ ਦੀ ਉਹ ਜਾਣਾਂਗੇ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਹੈ ਜੀ ਆਪਣਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਜੀ, ਅਸੀਂ ਵੱਡੀ ਖਬਰ ਕਹਿ ਲਈਏ ਤਾਂ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਅਕਾਲੀ ਦਲ ਨੂੰ ਸਪਸ਼ਟ ਜਵਾਬ ਦੇ ਦਿੱਤਾ ਜੀ। ਗੱਠਜੋੜ ਟੁੱਟ ਗਿਆ ਦਿੱਲੀ ਦੇ ਵਿੱਚ, ਜਿਹੜਾ 9 ਮਾਸ ਦਾ ਰਿਸ਼ਤਾ ਸੀ। ਦੋ ਬੋਲੀਆਂ ਮੇਰੇ ਯਾਦ ਆਉਂਦੀਆਂ ਨੇ ਜੀ। ਇੱਕ ਤਾਂ ਇਹ ਜਿਹੜੇ ਕਹਿੰਦੇ ਸੀ ਜੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ ਜੀ। ਦੂਜੀ ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ ਜੀ। ਹੁਣ ਗੱਲ ਇਹ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋ ਹੋਈ ਇਹਦੀ ਆਸ ਨਹੀਂ ਸੀ, ਘੱਟੋ ਘੱਟ ਇਸ ਮੌਕੇ 'ਤੇ ਆਸ ਨਹੀਂ ਸੀ, ਬਹੁਤ ਬੁਰੀ ਹੋਈ। ਲੇਕਿਨ ਜਿਸ ਦਿਨ ਪੰਜਾਬ ਦਾ ਪ੍ਰਧਾਨ ਬਣਿਆ ਬੀ ਜੇ ਪੀ ਦਾ ਅਸ਼ਵਨੀ ਸ਼ਰਮਾ ਜੀ, ਉਸ ਇਕੱਠ 'ਚ ਜੋ ਬੋਲਿਆ ਸੀ ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਉਸ ਵੇਲੇ ਗੱਲਾਂ ਸਮਝ ਆਉਣੀਆਂ ਲੱਗ ਗਈਆਂ ਸੀ ਵੀ ਬਹੁਤ ਜਲਦੀ ਹੁਣ ਇਹ ਟੁੱਟ ਜਾਣੀ ਹੈ ਧੜਕ ਕਰਕੇ ਜੀ। ਜੀ, ਜਿਸ ਤਰੀਕੇ ਨਾਲ ਉਹਨੇ ਕਿਹਾ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹ ਤਾਂ ਸਾਡੇ ਪਿਓ ਵਰਗਾ ਸੀ, ਆਹ ਜਿਹੜੇ ਨਵੇਂ ਬਦਲ, ਸਿੱਧੀ ਗੱਲ ਸੁਖਬੀਰ ਬਾਦਲ ਮਜੀਠੀਆ ਇਹ ਗਰੁੱਪ 'ਤੇ, ਇਹਨਾਂ ਨਾਲ ਨਹੀਂ, ਅਸੀਂ ਕਿਉਂ ਇਹ ਅਕਾਲੀਆਂ ਨਾਲ, ਅਸੀਂ ਆਪਦੇ ਦਮ 'ਤੇ ਲੜੀਏ, ਇਹ ਸਾਰੀਆਂ ਗੱਲਾਂ ਜਿਹੜੀਆਂ ਇਸੇ ਪਾਸੇ ਇਸ਼ਾਰਾ ਕਰਦੀਆਂ ਸੀ। ਲੇਕਿਨ ਕੱਲ੍ਹ ਜਿਹੜੀ ਜੋ ਕੱਲ੍ਹ ਦੋ ਗੱਲਾਂ ਹੋਈਆਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ, ਜਿਸ ਨੇ ਰਾਤ ਵਾਲੀ ਮੇਰੀ ਚਰਚਾ ਸੁਣੀ ਉਹ ਕਿਤੇ ਇਹ ਨਾ ਸਮਝਣ ਕਿ ਅਸੀਂ ਐਵੇਂ ਹਵਾ 'ਚ ਤੀਰ ਮਾਰਦੇ ਹਾਂ। ਵੀਡੀਓ ਪਈ ਹੈ ਬਲਵਿੰਦਰ ਸਿੰਘ ਭੁੰਦੜ ਦੀ, ਭੁੰਦੜ ਸਾਹਿਬ ਚੰਦੂ ਮਾਜਰਾ ਅਤੇ ਨਰੇਸ਼ ਗੁਜਰਾਲ ਦੀ ਕਮੇਟੀ ਬਣੀ ਸੀ ਜੀ, ਔਰ ਉਹਦੇ ਵਿੱਚ ਸਪਸ਼ਟ ਜਦੋਂ ਇਹਨਾਂ ਦੀ ਟੁੱਟ ਰਹੀ ਸੀ ਗੱਲ, ਭੁੰਦੜ ਸਾਹਿਬ ਮੀਡੀਆ ਦੇ ਸਾਹਮਣੇ ਆਏ, ਆ ਕੇ ਉਹਨਾਂ ਨੇ ਕਿਹਾ ਹਰੀਨਗਰ, ਸ਼ਾਦਰਾ, ਕਾਲਕਾ ਅਤੇ ਰਜੌਰੀ ਗਾਰਡਨ, ਇਹ ਚਾਰ ਸੀਟਾਂ ਸਾਨੂੰ ਮਿਲ ਰਹੀਆਂ ਸੀ। ਅਸੀਂ ਇਹ ਕਿਹਾ ਕਿ ਸਾਨੂੰ ਆਪਦੇ ਚੋਣ ਨਿਸ਼ਾਨ 'ਤੇ ਲੜਨ ਦਿਉ, ਨਹੀਂ ਮੰਨੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ। ਇਹ ਗੱਲ ਕੱਲ੍ਹ ਮੀਡੀਆ ਨੂੰ ਮੁਖਾਤਬ ਹੋ ਕੇ ਜਿਹੜੇ ਹੈ ਬਲਵਿੰਦਰ ਸਿੰਘ ਭੁੰਦੜ ਨੇ ਕਹੀ, ਇੱਕ ਇਹ ਰੀਜ਼ਨ। ਦੂਜਾ ਰੀਜ਼ਨ ਜਿਹੜਾ ਅਸੀਂ ਫੜਿਆ ਸੀ ਉਹ ਇਹ ਸੀ ਕਿ ਹਰੀਨਗਰ ਤੋਂ ਜਗਦੀਪ ਸਿੰਘ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ 'ਚ ਆਇਆ ਜੀ। ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਸੀ ਕਿ ਉਹਨੂੰ ਟਿਕਟ ਦੇ ਦਿਉ ਤੁਸੀਂ, ਦਿਓ ਆਪਦੇ ਕੋਟੇ 'ਚੋਂ ਜੀ, ਮਤਲਬ ਚਾਰ ਸੀਟਾਂ ਦੇ ਕੇ ਤਿੰਨ ਉਹਨੂੰ ਕਰ ਰਹੀ ਸੀ ਜੀ। ਔਰ ਭੁੰਦੜ ਸਾਹਿਬ ਨੇ ਸਪਸ਼ਟ ਕੀਤਾ ਕਿ ਸਾਡੀ ਗੱਲਬਾਤ ਟੁੱਟ ਗਈ। ਇਹ ਵੀ ਦੱਸਿਆ ਕਿ ਮੈਂ ਤਾਂ ਚੰਦੂ ਮਾਜਰਾ ਹੀ ਸੀ, ਕਿ ਨਰੇਸ਼ ਗੁਜਾਰ ਨੂੰ ਕੋਈ ਕੰਮ ਹੋ ਗਿਆ ਆਏ ਨਹੀਂ ਸੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਕਹਿਤਾ ਕਿ ਆਪਦਾ ਅਸੀਂ ਆਪਦੇ ਚੋਣ ਨਿਸ਼ਾਨ 'ਤੇ ਇਕੱਲੇ ਲੜਾਂਗੇ ਆਪਦੇ ਦਮ 'ਤੇ, ਇਹ ਵੀ ਕਹਿਤਾ ਹੋ ਸਕਦਾ ਸੀ ਜ਼ਿਆਦਾ ਸੀਟਾਂ 'ਤੇ ਲੜੀਏ। ਇਹ ਗੱਲ ਕੱਲ੍ਹ ਕਈ ਤਕਰੀਬਨ 6 ਵਜੇ ਜੀ 6:40 'ਤੇ ਪ੍ਰੈਸ ਕਾਨਫਰੰਸ ਕਰਨੀ ਸੀ ਮਨੋਜ ਤਿਵਾੜੀ ਨੇ ਜੀ, ਉਦੋਂ ਗੱਲ ਕਲੀਅਰ ਹੋ ਗਈ। ਅਤੇ ਉਹ ਕਹਿੰਦਾ ਕਿ ਇਹਨਾਂ ਦਾ ਨੋ ਹੀ ਨਹੀਂ ਅਕਾਲੀਆਂ ਦਾ ਤਾਂ ਕਿਤੇ, ਉਹ ਕਹਿੰਦਾ ਅਸੀਂ ਤਾਂ ਉੱਥੇ ਬਿਹਾਰੀ ਵੋਟ ਵੀ ਬਹੁਤ ਹੈ ਜੀ, ਇੱਕ ਸੀਟ ਦਿੱਤੀ ਉਹਨਾਂ ਨੇ ਜਿਹੜਾ ਹੈ ਲੋਕ ਜਨਸ਼ਕਤੀ ਪਾਰਟੀ ਨੂੰ, ਐਲ ਪੀ ਜੀ ਨੂੰ ਜੀ, ਉਹਦੇ 'ਚ ਰਾਮ ਵਿਲਾਸ ਪਾਸਵਾਨਾ ਨੂੰ ਇੱਕ ਦਿੱਤੀ, ਅਤੇ ਬਾਕੀ ਨਿਤੀਸ਼ ਕੁਮਾਰ ਜੀ ਜੇ ਡੀ ਯੂ ਨੂੰ 3 ਦੇ ਕੇ ਬਾਕੀ ਸੀਟਾਂ 'ਤੇ ਆਪ ਲੜ ਰਹੇ ਨੇ। ਉਹਨਾਂ ਨੇ ਬਿਹਾਰ ਦੀ ਵੋਟ ਵੀ ਉੱਥੇ ਕਾਫੀ ਹੈ ਉਹ ਲੈ ਲਈ, ਅਕਾਲੀਆਂ ਨੂੰ ਉਹਨਾਂ ਨੇ ਠੂਠਾ ਦਿਖਾਤਾ। ਹੁਣ ਇਹ ਗੱਲ ਕੱਲ੍ਹ ਚੱਲੀ ਜੀ, ਇਹ ਗੱਲ ਮੈਂ ਦੱਸੀ ਵੀ, ਹਵਾਲਾ ਵੀ ਦਿੱਤਾ ਭੁੰਦੜ ਸਾਹਿਬ ਦਾ, ਸਾਰਿਆਂ ਨੇ ਦੇਖਿਆ, ਨਹੀਂ ਦੇਖਿਆ ਸਾਡੇ ਕੋਲ ਵੀਡੀਓ ਪਈ ਹੈ ਜੀ। ਲੇਕਿਨ ਹੈਰਾਨੀ ਉਦੋਂ ਹੋਈ ਕਿ ਉਦੋਂ ਕੁਛ ਚਿਰ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰ ਲਈ ਜੀ, ਉਹਦੇ 'ਚ ਉਹਨਾਂ ਨੇ ਕਹਿਤਾ ਕਿ ਜੀ ਅਸੀਂ, ਸਾਨੂੰ ਭਾਰਤੀ ਜਨਤਾ ਪਾਰਟੀ ਮਜਬੂਰ ਕਰ ਰਹੀ ਸੀ ਕਿ ਤੁਸੀਂ CAA 'ਤੇ ਆਪਣਾ ਸਟੈਂਡ ਬਦਲੋ ਜੀ। ਅਸੀਂ ਕਿਹਾ ਕਿ ਨਹੀਂ, ਅਸੀਂ ਸਟੈਂਡ ਨਹੀਂ ਬਦਲਾਂਗੇ, ਅਸੀਂ ਸੀਟਾਂ ਛੱਡ ਦਾਂਗੇ, ਅਸੀਂ ਇਲੈਕਸ਼ਨ ਹੀ ਨਹੀਂ ਲੜਦੇ ਜੀ। ਉਹ ਭਾਈ ਉਹ ਸਲਾਹ ਤਾਂ ਕਰ ਲਿਆ ਕਰੋ ਇਹਦੇ ਨਾਲ, ਜਿਹਨੂੰ ਅਸੀਂ ਪੱਤਰਕਾਰੀ 'ਚ ਕਹਿੰਦੇ ਕਿਰਕਰੀ ਹੁੰਦੀ ਹੈ ਤੁਹਾਡੀ,
ਉਹ ਕੁਛ ਹੋਰ ਕਹੀ ਗਏ, ਤੁਸੀਂ ਕੁਛ ਆ ਕੇ ਬਾਅਦ 'ਚ ਕਹਿਤਾ, ਵੈਸੇ ਤੁਹਾਡਾ ਕਿਹੜਾ ਸਟੈਂਡ ਉਹ ਬਦਲ ਰਹੇ ਸੀ ਸਰਸਾ ਸਾਹਿਬ? ਇਹ ਵੀ ਦੇਖਣ ਵਾਲੀ ਗੱਲ ਹੈ, ਤੁਹਾਡਾ ਸਟੈਂਡ ਕਿਹੜਾ ਕਹਿ ਰਹੇ ਸੀ ਉਹ? ਅਤੇ ਤੁਸੀਂ ਸਟੈਂਡ 'ਚ ਸੁਖਬੀਰ ਸਿੰਘ ਬਾਦਲ ਨੇ ਤਾਂ ਵੋਟ, ਹਰਸਿਮਰਤ ਕੌਰ ਤਾਂ ਕੈਬਨਿਟ 'ਚ ਵੀ, ਤਾਂ ਵੋਟ ਤਾਂ ਤੁਸੀਂ ਹੱਕ 'ਚ ਪਾਈ ਹੈ, ਭਾਰਤੀ ਜਨਤਾ ਪਾਰਟੀ ਨਾਲ ਭੁਗਤੇ ਹੋ, ਪੰਜਾਬ 'ਚ ਤੁਸੀਂ ਉਹਨਾਂ ਦੇ ਖਿਲਾਫ ਗਏ ਹੋ, ਕਿਹੜਾ ਸਟੈਂਡ ਬਦਲਣ ਦੀ ਗੱਲ ਕਰ ਰਹੇ ਸੀ? ਅਤੇ ਬਈ ਉਸ ਤੋਂ ਬਾਅਦ ਮਨਦੀਪ ਜੋ ਕੁਛ ਹੋਇਆ ਉਹ ਆਸ ਹੀ ਸੀ, ਹੋਣਾ ਹੀ ਸੀ, ਮਤਲਬ ਹੁਣ ਚੁਟਕੀਆਂ ਲੈ ਰਹੇ ਨੇ, ਆਓ ਪਰਮਜੀਤ ਸਿੰਘ ਸਰ ਨਾਲ ਕਹਿੰਦਾ ਕਿਉਂ ਭੱਜ ਰਹੇ ਹੋ ਮੈਦਾਨ ਛੱਡ ਕੇ, ਲੜੋ ਇਲੈਕਸ਼ਨ, ਪਤਾ ਲੱਗੇ ਤੁਹਾਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ। ਮਨਜੀਤ ਸਿੰਘ ਜੀ ਕੇ ਇੱਕ ਅੱਛਾ ਵਜਾਉਂਦੇ ਨੇ, ਕਿਉਂਕਿ ਉੱਥੇ ਅਕਾਲੀ ਦਲ ਜਿਹੜਾ ਹੈ ਵੀਕ ਹੋ ਗਿਆ। ਹੁਣ ਜਿਹੜੀ ਗੱਲ ਉਸ ਦਿਨ ਕਹੀ ਸੀ ਉੱਧਰ ਨੂੰ ਜਾ ਰਹੀ ਹੈ ਕਹਾਣੀ, ਮੈਂ ਇਹ ਕਿਹਾ ਸੀ ਕਿ ਦਿੱਲੀ 'ਚ ਇਕੱਠ ਕੀਤਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਸਾਰੇ ਜਿਹੜੇ ਬਾਦਲ ਵਿਰੋਧੀ ਇਕੱਠੇ ਹੋਏ ਸੀ, ਜਿਹੜਾ ਸਫਰੇ ਅਕਾਲੀ ਲਹਿਰ ਦੇ ਨਾਂ 'ਤੇ, ਹੁਣ ਉਹ ਖੁਸ਼ ਇਸ ਕਰਕੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਰਿਕਾਰਡ ਤਾਂ ਇਹ ਕਹਿੰਦਾ, ਮਤਲਬ ਕਿਤੇ ਵੀ ਤੁਸੀਂ ਦੇਖ ਲਓ, ਉਹ ਕਿਸੇ ਨਾਲ ਵੀ ਸਮਝੌਤਾ ਕਰ ਸਕਦੇ ਨੇ ਪਾਵਰ ਲਈ। ਬਿਲਕੁਲ ਜੀ, ਬਿਲਕੁਲ, ਕੋਈ ਕਿਸੇ ਕਿਸਮ ਦੀ ਉਹਨਾਂ ਦੀ ਕੋਈ ਆਈਡੀਆਲੋਜੀ ਨਹੀਂ, ਮਤਲਬ ਯੂਪੀ ਦੇ ਵਿੱਚ BSP ਨਾਲ ਸਮਝੌਤਾ, ਮਤਲਬ ਉਹ ਕਿਸੇ ਨਾਲ ਵੀ ਕਰ ਸਕਦੇ ਨੇ ਗੱਲ, ਮਤਲਬ ਹਰਿਆਣਾ 'ਚ ਜੀ ਕਦੇ ਚਟਾਲਿਆਂ ਦੇ ਖਿਲਾਫ, ਹੁਣ ਚਟਾਲਿਆਂ ਦੇ ਮੁੰਡੇ ਨਾਲ ਸਮਝੌਤਾ ਕਰ ਲਿਆ ਹੈ ਜੀ, ਉੱਥੇ ਸ਼ਿਵ ਸ਼ਾਣਾ ਨਾਲ, ਉਹ ਸ਼ਿਵ ਸ਼ਾਣਾ ਤੋਂ ਵੱਖਰੀ ਗੱਲ ਹੈ, ਸ਼ਰਦ ਪਵਾਰ ਠਿੱਬੀ ਲਾ ਗਿਆ, ਨਹੀਂ ਉਹਦੇ ਭਤੀਜੇ ਨਾਲ ਕਰ ਗਏ ਸੀ, ਅਤੇ ਉਹ ਹੁਣ ਮੇਰੇ ਹਿਸਾਬ ਨਾਲ ਪੰਜਾਬ ਦੀ ਸਿਆਸਤ 'ਤੇ ਡੂੰਘਾ ਅਸਰ ਪੈਣਾ, ਔਰ ਢੀਂਡਸਾ ਸਾਹਿਬ ਜੋ ਕਰ ਰਹੇ ਸੀ ਉਹ ਗੱਲਾਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਹੋ ਸਕਦਾ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਗੱਠਜੋੜ ਟੁੱਟ ਜਾਏ, ਔਰ ਉਦੋਂ ਬਾਅਦ ਜਿਹੜਾ ਇਹ ਸਮਝੌਤਾ ਇੱਧਰ ਕਰ ਲੈਣ। ਪਰ ਜੋ ਵੀ ਕੁਛ ਹੋਇਆ ਕੱਲ੍ਹ ਦਿੱਲੀ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ, ਕਾਂਗਰਸ ਵਾਲੇ ਵੀ ਖੁਸ਼ ਨੇ, ਇਹ ਵੀ ਖੁਸ਼ ਨੇ, ਜਿਹੜੇ ਢੀਂਡਸਾ ਗਰੁੱਪ ਵੀ ਖੁਸ਼ ਹੈ, ਅਕਾਲੀ ਟਕਸਾਲੀ ਸਾਰੇ ਖੁਸ਼ ਨੇ, ਔਰ ਜੇ ਨਿਰਾਸ਼ ਹੈ ਤਾਂ ਕੋਈ ਉਹ ਬਾਦਲ ਪਰਿਵਾਰ, ਔਰ ਸਭ ਤੋਂ ਜ਼ਿਆਦਾ ਨਿਰਾਸ਼ ਜੇ ਕੋਈ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਊਗਾ ਕਿ ਸਾਡਾ ਜੋੜਿਆ ਹੋਇਆ ਨੌ ਮਾਸ ਦਾ ਰਿਸ਼ਤਾ ਮੇਰੇ ਜਿਉਂਦੇ ਜੀ ਟੁੱਟ ਰਿਹਾ ਜੀ, ਔਰ ਮੇਰੇ ਅੱਖਾਂ ਦੇ ਸਾਹਮਣੇ ਟੁੱਟ ਰਿਹਾ, ਇਹ ਗੱਲ ਉਹਨਾਂ ਨੂੰ ਦੁੱਖ ਹੋਊਗਾ, ਲੇਕਿਨ ਕੱਲ੍ਹ ਇਹ ਕੁਛ ਹੋ ਗਿਆ।